ਨੂੰ ਤਾਂ ਅੰਦਰ ਲੈ ਕੇ ਗਏ ਆ ਕਿ ਉੱਥੇ ਹਮਲਾ ਨਾ ਕਰ ਦੇਵੇ ਵਿਰੋਧੀ ਪਾਰਟੀ ਤੁਹਾਡੇ ਸਾਹਮਣੇ। ਆ ਐਡਾ ਤਕੜਾ ਹਮਲਾ ਹੋਣ ਤੋਂ ਬਾਅਦ ਵੀ ਪੁਲਿਸ ਮੁਲਾਜ਼ਮ ਕਹਿੰਦੇ ਪਏ ਆ ਕਿ ਹਮਲੇ ਦੇ ਡਰ ਤੋਂ ਅਸੀਂ ਬੰਦਾ ਅੰਦਰ ਕਰਤਾ। ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਅਤੇ ਧੂੜਕੋਟ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੀ ਪੁਲਿਸ ਚੌਂਕੀ ਬਲਖੰਡੀ ਅਧੀਨ ਪੈਂਦੇ ਪਿੰਡ ਚੂੜਚੱਕ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਤੇ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਤੇ 3 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਜੇਕਰ ਪੁਲਿਸ ਚਾਹੁੰਦੀ ਤਾਂ ਇਸ ਵੱਡੀ ਘਟਨਾ ਨੂੰ ਹੋਣ ਤੋਂ ਰੋਕ ਵੀ ਸਕਦੀ ਸੀ। ਇੱਕ ਰਾਤ ਝਗੜਾ ਹੋਇਆ, ਕੀ ਮੈਟਰ ਕੀ ਸੀ, ਮਸਲਾ ਕੀ ਸੀ? ਉਹਦਾ ਮੈਟਰ ਮਸਲਾ ਸੀਗਾ ਜੀ ਜ਼ਮੀਨ ਨੂੰ ਲੈ ਕੇ ਝਗੜਾ ਸੀ ਸਾਡਾ। ਉਹਦੇ ਵਿੱਚ ਕੱਲ੍ਹ ਸਾਡੇ ਬੰਦੇ ਦੀਆਂ ਜਮਾਨਤਾਂ ਹੋਈਆਂ ਸੀਗੀਆਂ। ਜਮਾਨਤਾਂ ਤੋਂ ਬਾਅਦ 'ਚ ਮੇਰੀ ਭੂਆ ਜੀ ਦੋਦਰ ਪਿੰਡ, ਉਹਨਾਂ ਨੇ ਬਾਹਰ ਨੂੰ ਜਾਣਾ ਸੀਗਾ ਅਤੇ ਮੇਰੇ ਡੈਡੀ ਚਾਚਿਆਂ ਨੇ ਉਹਨੂੰ ਚੜਾਉਣ ਗਏ ਸੀਗੇ ਅਤੇ ਉੱਧਰੋਂ ਵਾਪਸ ਉਹ ਪਿੰਡ ਆ ਰਹੇ ਸੀਗੇ। ਹਾਲਾਂਕਿ ਜਮਾਨਤਾਂ ਹੋਈਆਂ ਸੀਗੀਆਂ ਉਹਨਾਂ ਦੀਆਂ, ਜੋ ਕਿ ਚੌਂਕੀ ਇੰਚਾਰਜ ਭਲਵਿੰਦਰ ਸਿੰਘ ਨਾਲ ਉਹਦੇ 4 ਮੁਲਾਜ਼ਮ ਹੋਰ ਸੀਗੇ ਅਤੇ ਕੁਛ ਮਡੀਰ ਵਾਧਾ ਉਹਨਾਂ ਦੀ ਗੱਡੀ ਦੇ ਮਗਰ ਲਾ ਕੇ ਗੱਡੀ, ਉਹਨਾਂ ਨੇ ਗੱਡੀ ਦੇ ਵਿੱਚ ਫੇਟ ਮਾਰ ਕੇ ਗੱਡੀ ਪਲਟਾ ਕੇ ਅਤੇ ਕੱਦੂ ਦੇ ਵਿੱਚ ਸੁੱਟ ਕੇ ਗੱਡੀ, ਗੱਡੀ ਦੇ ਵਿੱਚੋਂ 4 ਬੰਦੇ ਕੱਢ ਕੇ ਉਹਨਾਂ ਨੇ ਅਤੇ 1 ਬੰਦੇ ਨੂੰ ਮੌਕੇ 'ਤੇ ਮਾਰਤਾ ਕੁੱਟ ਕੇ ਉਹਨਾਂ ਨੇ ਅਤੇ 3 ਨੂੰ ਜ਼ਖਮੀ ਕਰਤਾ ਜੀ। ਕੀ ਲੜਾਈ ਝਗੜਾ ਕਿਸ ਗੱਲ ਦਾ? ਲੜਾਈ ਝਗੜਾ ਸਾਡਾ ਜ਼ਮੀਨ ਨੂੰ ਲੈ ਕੇ ਆ ਜੀ, 5 ਏਕੜ ਜ਼ਮੀਨ ਦਾ ਝਗੜਾ ਸੀਗਾ। ਅੱਛਾ। ਅਤੇ ਉਹ ਯਾਨੀ ਕਿ ਸਾਡਾ ਕੇਸ ਚੱਲ ਰਿਹਾ ਸੀਗਾ, ਉਹਨਾਂ ਨੇ ਸਾਡੇ 'ਤੇ ਕੇਸ ਕੀਤਾ ਹੋਇਆ ਸੀਗਾ, ਉਹ ਕੇਸ ਦੀ ਬਾਵਜੂਦ ਸਾਡੀਆਂ ਜਵਾਨਤਾ ਹੋ ਗਈਆਂ ਸੀਗੀਆਂ। ਅੱਛਾ, ਅਤੇ ਰਾਤ ਮੌਤ ਕਿੰਨੇ ਜਾਣੇ ਦੀ ਹੋਈ ਹੈ? ਮੌਤ 1 ਜਾਣੇ ਦੀ ਹੋਈ ਆ ਜੀ, ਮੇਰੇ ਚਾਚਾ ਜੀ ਦੀ ਹੋਈ, ਸ਼ਮਸ਼ੇਰ ਸਿੰਘ ਦੀ। ਅੱਛਾ, ਅਤੇ ਜ਼ਖਮੀ ਕਿੰਨੇ ਆ ਜੀ? ਜ਼ਖਮੀ 3 ਜਾਣੇ ਆ ਜੀ, 1 ਫਰੀਦਕੋਟ ਰੈਫਰ ਕੀਤਾ ਗਿਆ, 2 ਜਾਣੇ। ਅੱਛਾ, ਅੱਜ DSP ਆਏ ਸੀ, ਕੀ ਗੱਲ ਹੋਈ ਹੈ? DSP ਸਾਹਿਬ ਕਹਿ ਕੇ ਗਏ ਆ ਜੋ ਬਣਦੀ ਕਾਰਵਾਈ ਆ, ਅਸੀਂ ਪਰਚਾ ਜੋ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਦੇ ਦਰਮਿਆਨ, ਅਤੇ ਜੋ ਵੀ ਕਾਰਵਾਈ ਹੋਊਗੀ ਅਸੀਂ ਅੱਜ ਧਿਆਨ 'ਚ ਰੱਖ ਕੇ ਕਰਾਂਗੇ। 30 ਜਾਣੇ ਸੀਗੇ ਜੀ, ਨਾਲ 5 ਜਾਣੇ ਪੁਲਿਸ ਮੁਲਾਜ਼ਮਾਂ। ਗੱਡੀਆਂ 'ਤੇ? ਗੱਡੀਆਂ 5-6 ਗੱਡੀਆਂ ਸੀ। ਅੱਛਾ, ਕੋਈ ਨਾਮ ਕੀ ਹੈ ਜਿਹਨਾਂ ਬੰਦੇ ਨੇ ਹਮਲਾ ਕੀਤਾ? ਨਾਮ ਉਹਨਾਂ ਦਾ ਗੁਰਪ੍ਰੀਤ ਸਿੰਘ, ਜੱਗਾ ਸਿੰਘ, ਅਤੇ ਸਰਬਜੀਤ ਸਿੰਘ, ਦਰਸ਼ਨ ਸਿੰਘ, ਕਮਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਲੱਖਾ ਭਾਊ, ਅਤੇ ਮਨਦੀਪ ਸਿੰਘ, ਲਕਸ਼ਮਣ ਸਿੰਘ। ਇਹ ਸਾਰੇ ਸੀਗੇ ਜੀ? ਇਹ ਸਾਰੇ ਸੀਗੇ ਜੀ, ਬਿੱਕਰ ਸਿੰਘ, ਅਮਰਜੀਤ ਸਿੰਘ, ਕੌਰਾ ਸਿੰਘ। ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਜਾਵੇ, ਉਹਨਾਂ ਦੇ ਖਿਲਾਫ਼ ਪਰਚਾ ਦਿੱਤਾ ਜਾਵੇ ਅਤੇ ਸਾਨੂੰ ਇਨਸਾਫ਼ ਦਵਾਇਆ ਜਾਵੇ। ਰੋਡ 'ਤੇ ਆਉਂਦੇ ਸੀਗੇ, ਪਿੰਡ ਨੂੰ ਆਉਂਦੇ ਸੀਗੇ ਬੁੱਟਰ ਤੋਂ ਅਤੇ ਮੋਗਿਆ ਨੂੰ ਜੀ, ਮਗਰ ਸਾਡੇ ਗੱਡੀਆਂ ਲਾਈਆਂ ਜੀ ਇਹਨਾਂ ਨੇ। ਕਿੰਨਾ ਨੇ ਗੱਡੀਆਂ ਲਾਈਆਂ ਜੀ? ਇੱਕ ਮੇਰਾ ਪੁਲਿਸ ਵਾਲਾ ਸੀਗਾ ਜੀ ਨਾਲ ਇਹਨਾਂ ਦੇ, ਦਲਵਿੰਦਰ ਸਿੰਘ ਚੌਂਕੀ ਇੰਚਾਰਜ। ਕਿੱਥੋਂ ਦੇ ਚੌਂਕੀ ਇੰਚਾਰਜ ਜੀ? ਬਲਖੰਡੀ ਦਾ ਜੀ। ਠੀਕ ਹੈ ਜੀ। ਨਾਲ ਇਹ 10-15 ਬੰਦੇ ਸੀਗੇ ਜੀ। ਅੱਛਾ ਜੀ। 2-3 ਗੱਡੀਆਂ 97-97 ਗੱਡੀ ਦਾ ਨੰਬਰ, 1 ਮੇਰਾ ਖਿਆਲ ਪਤਾ ਨਹੀਂ, 97-97 ਆ ਜੀ। ਅਤੇ ਜੱਗਾ ਸਿੰਘ ਜੀ, ਗੁਰਪ੍ਰੀਤ ਸਿੰਘ, ਗੋਪੀ, ਲੱਖਾ ਸਿੰਘ, ਕੱਲ੍ਹ ਸਾਡਾ ਰੌਲਾ ਚੱਲਦਾ ਗਿਆ ਜੀ ਮੀਨ ਦਾ। ਅੱਛਾ ਜੀ। ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਜਵਾਨਤਾ ਸਾਡੀਆਂ ਹੋ ਜਾਂਦੀਆਂ, ਇਹ ਘਰ ਨੂੰ ਆਉਂਦੇ ਸੀ ਜੀ ਹੁਣ। ਅਤੇ ਕੀ ਕਿਹਦੇ ਨਾਲ ਹਮਲਾ ਕੀਤਾ ਜੀ ਉਹਨਾਂ ਨੇ? ਉਹਨਾਂ ਕੋਲ ਕਈ ਕੁਛ ਸੀਗਾ ਜੀ, ਬੇਸਵਾਲ ਵਗੈਰਾ, ਕਈ ਹੋਰ ਹਥਿਆਰ ਸੀਗੇ। ਕੁੱਲ ਕਿੰਨੇ ਬੰਦੇ ਸੀਗੇ ਜੀ? 15-20 ਬੰਦੇ ਹੋਣਗੇ ਜੀ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ DSP ਸਿਟੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੀ ਆਪਸੀ ਲੜਾਈ ਹੋਈ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋਏ ਨੇ। ਉਹਨਾਂ ਇਹ ਵੀ ਕਿਹਾ ਕਿ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ, ਪਰਿਵਾਰ ਨੂੰ ਪੂਰਾ ਇਨਸਾਫ਼ ਦੇ ਕੇ ਕਾਰਵਾਈ ਕੀਤੀ ਜਾਵੇਗੀ।
ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋਏ ਨੇ। ਉਹਨਾਂ ਵੀ ਕਿਹਾ ਕਿ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ, ਜਿਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਇਨਸਾਫ ਵੀ ਦਵਾਇਆ ਜਾਵੇਗਾ। ਉਹਨਾਂ ਵੀ ਕਿਹਾ ਕਿ ਜੇਕਰ ਕਿਸੇ ਪੁਲਿਸ ਅਧਿਕਾਰੀ ਦੀ ਵਿੱਚ ਸ਼ਮੂਲੀਅਤ ਨਜ਼ਰ ਆਈ ਤਾਂ ਕਾਰਵਾਈ ਕਰਾਂਗੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮਸਲਾ ਇੱਕ ਥਾਣਾ ਕੋਟ ਈਸੇਖਾਨ ਦੇ ਵਿੱਚ ਕੇਸ ਰਜਿਸਟਰਡ ਹੋਇਆ 365 IPC ਦਾ। ਉਹਦੇ ਵਿੱਚ ਕੁਛ 6-7 ਮੁਲਜ਼ਮ ਸੀਗੇ, ਉਹਨਾਂ ਵਿੱਚੋਂ ਕੁਛ ਮੁਲਜ਼ਮ ਗ੍ਰਿਫਤਾਰ ਹੋ ਗਏ ਸੀਗੇ, ਕੁਛ ਗ੍ਰਿਫਤਾਰੀ ਬਾਕੀ ਸੀ। ਇਹਨਾਂ ਦਾ ਜ਼ਮੀਨ ਦਾ ਝਗੜਾ ਸੀ, ਜ਼ਮੀਨ ਦੇ ਇਸ਼ੂ ਨੂੰ ਲੈ ਕੇ ਇਹਨਾਂ ਦੇ ਆਪਸੀ ਕਸਮਸ ਚੱਲਦੀ ਸੀਗੀ। ਕੱਲ੍ਹ ਇਹਨਾਂ ਦਾ ਜਿਹੜਾ ਪਿੱਛੋਂ ਇਹਨਾਂ ਦੇ ਗੱਡੀ ਦੇ ਮਗਰ ਗੱਡੀ ਲਾਈ ਅਤੇ ਇਹਨਾਂ ਦੀ ਗੱਡੀ ਜਿਹੜੀ ਉਹ ਪਲਟ ਗਈ ਆ ਕੇ ਥਾਣਾ ਮਹਿਣਾ ਦੇ ਏਰੀਏ ਦੇ ਵਿੱਚ ਬਰਨਾਲਾ ਰੋਡ 'ਤੇ। ਉੱਥੇ ਕੁਛ 3 ਬੰਦੇ ਇੰਜਰਡ ਹੋ ਗਏ, ਇੱਕ ਦੀ ਡੈਥ ਹੋ ਗਈ ਆ। ਉਹਦੇ ਹੁਣ ਉਹ ਹੋਸਪਿਟਲ ਦਾਖਲ ਨੇ, ਉਹਨਾਂ ਦਾ ਅਸੀਂ ਬਿਆਨ ਲਿਖ ਕੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ। ਨਹੀਂ, ਗੱਡੀ ਜਿਹੜੀ ਉੱਥੇ ਪਲਟ ਕੇ ਖੇਤਾਂ ਵਿੱਚ ਜਾ ਕੇ ਡਿੱਗ ਪਈ ਸੀ, ਉਹਦੇ ਵਿੱਚ ਕਾਫੀ ਸਾਰੀਆਂ ਇਹਨਾਂ ਦੇ ਸੱਟਾਂ ਲੱਗੀਆਂ। ਗੱਡੀ ਜਿਹੜੀ ਤੇਜ਼ ਸੀਗੀ, ਗੱਡੀ ਦਾ 1-2 ਵਾਰ ਪਲਟੀ ਵੀ ਹੈ ਅਤੇ ਉਹਦੇ ਨਾਲ ਜਿਹੜੀਆਂ ਕਾਫੀ ਜਿਹੜੇ ਬੰਦੇ ਦਾਖਲ ਨੇ ਗੰਭੀਰ ਜ਼ਖਮੀ ਸੀਗੇ, 1 ਦੇ ਜ਼ਿਆਦਾ ਸੱਟ ਲੱਗਣ ਤੱਕ ਉਹ ਜਿਹੜੀ ਡੈਥ ਹੋ। ਉਹ ਵੀ ਜੇ ਕੋਈ ਇਹਦੇ ਬਾਰੇ ਕੋਈ ਦੱਸਣਗੇ ਜਾਂ ਲਿਖ ਕੇ ਦੇਣਗੇ ਤਾਂ ਉਹਨਾਂ ਦੇ ਖਿਲਾਫ਼ ਵੀ ਜੇ ਕੋਈ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਜੇ ਕਿਸੇ ਨੇ ਕਟਾਈ ਕੀਤੀ ਹੋਈ ਤਾਂ ਉਹਦੇ ਖਿਲਾਫ਼ ਜਿਹੜੀ ਪੜਤਾਲ ਕਰਾਂਗੇ। ਪੁਲਿਸ ਦਾ ਰੋਲ ਜੇ ਕੋਈ ਸਾਡੇ ਸਾਹਮਣੇ ਆਊਗਾ ਤਾਂ ਅਸੀਂ ਉਹਨਾਂ ਨੂੰ ਵੀ ਅਸੀਂ ਸਜ਼ਾ ਦੇਵਾਂਗੇ, ਜੇ ਕਿਸੇ ਨੇ ਕੋਈ ਗਲਤੀ ਕੀਤੀ ਤਾਂ ਉਹਦੀ ਸਾਬਤ ਹੁੰਦੀ ਹੈ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, ਚੈਨਲ ਪੰਜਾਬੀ।